ਜ਼ਿਲ੍ਹਾ ਬਟਾਲਾ ਦੇ ਵਿੱਚ ਟਾਈਮ ਨਹੀਂ ਦੇਖਿਆ ਜਾਂਦਾ। ਟਾਈਮ ਅਸੀਂ ਰਾਤ ਨੂੰ 12-12 ਵਜੇ ਵੱਜਦੇ ਨੇ। ਕਿਸੇ ਕਿਸੇ ਵੇਲੇ ਅਸੀਂ ਮੀਟਿੰਗਾਂ ਵੀ ਕਰਦੇ ਨੇ, ਸਾਡੇ SSP ਸਾਹਿਬ ਵਪਿੰਦਰਜੀਤ ਸਿੰਘ ਘੁੰਮਣ ਸਰ, ਅਸੀਂ ਆਪਸ 'ਚ ਬੈਠ ਕੇ ਮੀਟਿੰਗਾਂ ਕਰਦੇ ਨੇ, ਕਿਉਂਕਿ SSP ਸਾਹਿਬ ਨੂੰ, DGP ਸਾਹਿਬ ਵੱਲੋਂ, CM ਪੰਜਾਬ ਵੱਲੋਂ ਵੀ ਬਹੁਤ ਸਾਰੀਆਂ ਇੰਸਟਰਕਸ਼ਨਾਂ ਆਉਂਦੀਆਂ ਜਿਹੜੀਆਂ ਕਿ ਸਾਨੂੰ ਉਹ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਨੇ। ਉਸ ਤੋਂ ਇਲਾਵਾ ਜੇਕਰ ਸਾਨੂੰ ਕੋਈ ਵੀ ਕਰੋਨਾ ਵਾਇਰਸ ਨੂੰ ਭਜਾਉਣ ਵਾਸਤੇ ਜਾਂ ਇਹਦੀ ਚੇਨ ਤੋੜਨ ਵਾਸਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਉਪਰਾਲਾ ਕਰਨਾ ਪਵੇ, ਸਾਨੂੰ ਰਾਤਾਂ ਵੀ ਜਗਣੀਆਂ ਪੈਣ, ਤਾਂ ਅਸੀਂ ਇਹਦੇ ਵਾਸਤੇ ਖੜ੍ਹੇ ਹਾਂ, ਤਿਆਰ ਖੜ੍ਹੇ ਹਾਂ। ਪਰ ਅਸੀਂ ਫਿਰ ਵੀ ਪਬਲਿਕ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਵੀ ਘਰ 'ਚ ਬੈਠੇ ਹੋ, ਬੜੇ ਔਖੇ ਹੋਣੇ, ਬੜਾ ਤੰਗ ਹੁੰਦਾ ਬੰਦਾ ਜਿਹੜਾ ਇੱਕ ਕਮਰੇ 'ਚ ਬੈਠਾ ਰਹੇ ਜਾਂ ਇੱਕ ਘਰ 'ਚ ਬੈਠਾ ਰਹੇ, ਤੁਸੀਂ ਬਹੁਤ ਜਲਦੀ ਇਸ ਜਿਹੜੀ ਚੇਨ ਨੂੰ ਤੋੜ ਕੇ ਤੁਸੀਂ ਬਾਹਰ ਆ ਕੇ ਆਮ ਵਾਂਗ ਜ਼ਿੰਦਗੀ ਜੀ ਸਕਦੇ ਹੋ। ਕਿਉਂਕਿ ਥੋੜ੍ਹਾ ਜਿਹਾ ਤੁਹਾਡਾ ਉਪਰਾਲਾ ਜੇਕਰ ਹੋ ਜਾਵੇ ਦਿਲੋਂ, ਤਾਂ ਫਿਰ ਮੈਨੂੰ ਲੱਗਦੀ ਉਹ ਦਿਨ ਦੂਰ ਨਹੀਂ ਜਦੋਂ ਇਹ ਕਰੋਨਾ ਨਾਂ ਦੀ ਜਿਹੜੀ ਬਿਮਾਰੀ ਹੈ ਇਹ ਇੱਥੋਂ ਭੱਜੂਗੀ। ਸਰ, ਉਹਦਾ ਮੇਨ ਮਕਸਦ ਇਹੀ ਹੈ ਵੀ ਗਾਣਾ ਪਹਿਲਾਂ ਵੀ ਇਹਨੇ ਕੀਤਾ ਸੀ, ਉਹ ਆਡੀਓ ਕੀਤੀ ਸੀ ਅਤੇ ਵੀਡੀਓ ਉਦੋਂ ਬਣੀ ਨਹੀਂ ਸੀ, ਹੁਣ ਅਸੀਂ ਥੋੜ੍ਹਾ ਟਾਈਮ ਲਾ ਕੇ ਇਹਨੂੰ ਸਪੇਅਰ ਕਰਕੇ ਅਸੀਂ ਇਹਦੇ ਕੋਲੋਂ ਇੱਕ ਵੀਡੀਓ ਰਿਕਾਰਡਿੰਗ ਵੀ ਕਰਵਾਈ ਹੈ। ਇਹਦਾ ਫਾਇਦਾ ਬਹੁਤ ਜ਼ਿਆਦਾ ਹੈ। ਅਸੀਂ ਇਹਦੇ ਨਾਲ ਇਸ ਗਾਣੇ ਨੂੰ ਨਹੀਂ ਪ੍ਰਮੋਟ ਕਰਨ ਵਾਸਤੇ ਲਾਇਆ, ਇੱਕ ਅਵੇਅਰਨੈਸ ਸੌਂਗ ਹੈ, ਇਹਨੂੰ ਅਸੀਂ ਕਲਚਰਲ ਐਕਟੀਵਿਟੀਜ਼ ਨਹੀਂ ਲੈ ਸਕਦੇ, ਇਹਨੂੰ ਅਸੀਂ ਇੱਕ ਅਵੇਅਰਨੈਸ ਕਰੋਨਾ ਦੇ ਵਾਸਤੇ ਸਪੈਸ਼ਲ ਇਹਦੇ ਵਿੱਚ ਇੰਸਟਰਕਸ਼ਨਾਂ ਦਿੱਤੀਆਂ। ਇਹਦੇ ਵਿੱਚ ਸਿਰਫ ਇੱਕ ਬੇਨਤੀ ਕੀਤੀ ਹੈ ਪਬਲਿਕ ਨੂੰ ਵੀ ਤੁਸੀਂ ਇਹਦੇ ਕੋਲੋਂ ਬਚੋ, ਕਿਉਂਕਿ ਇਹ ਬਹੁਤ ਬੜੀ ਗੰਦੀ ਬਿਮਾਰੀ ਹੈ। ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਜਿੰਨੇ ਵੀ ਹੋਰ ਵੀ ਸਾਡੇ ਪੰਜਾਬ ਪੁਲਿਸ ਦੇ ਬੰਦੇ ਜਾਂ ਮੁਲਾਜ਼ਮ ਜਾਂ ਅਫਸਰ ਸੌਂਗ ਆਏ ਨੇ ਉਹਨਾਂ ਦੇ ਉਹ ਵੀ ਪਾਵਾਂਗੇ। ਉਸ ਤੋਂ ਬਾਅਦ ਜਿਹੜੀ ਪੰਜਾਬ ਗੌਰਮੈਂਟ ਦੀਆਂ ਜਿਹੜੀਆਂ ਆਉਂਦੀਆਂ ਇੰਸਟਰਕਸ਼ਨਾਂ ਜਾਂ ਉਹਨੂੰ ਕਿਸੇ ਕਾਰਕੁਨ ਦੇ ਤਹਿਤ ਆਉਂਦੀਆਂ ਜਾਂ ਕਿਸੇ ਤਰੀਕੇ ਨਾਲ ਗਵਰਨਮੈਂਟ ਵੱਲੋਂ ਪਾਈਆਂ ਜਾਂਦੀਆਂ, ਉਹ ਵੀ ਇਹਦੇ 'ਤੇ ਅਸੀਂ ਦਿਖਾਵਾਂਗੇ। ਕਿਉਂਕਿ ਆਮ ਤੌਰ 'ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਕੋਈ ਵੀ ਇੰਨਾ ਲੋਕਾਂ ਨੂੰ ਕੋਈ ਸਿਸਟਮ ਨਹੀਂ ਹੈਗਾ ਦੱਸਣ ਦਾ, ਸਾਡੇ ਕੋਲ ਵੀ ਹੈ ਨਹੀਂ। ਆਮ ਤੌਰ 'ਤੇ ਸਪੀਕਰ ਰਾਹੀਂ ਦੱਸਾਂਗੇ ਤਾਂ ਹਨੇਰਾ ਬੜਾ ਹੋ ਜਾਣਾ, ਇਸ ਕਰਕੇ LED ਦੇ ਰਾਹੀਂ ਸਾਰੇ ਲੋਕ ਸੈਰ ਕਰਦੇ ਨੇ, ਬਾਲਕਨੀਆਂ 'ਚ ਖੜ੍ਹੇ ਨੇ, ਉੱਥੋਂ ਵੀ ਦੇਖ ਕੇ ਅਵੇਅਰ ਹੋਣਗੇ। ਅਵੇਅਰ ਹੋਣ ਦੇ ਨਾਲ ਨਾਲ ਹਰੇਕ ਚੀਜ਼ ਅਸੀਂ ਦੱਸਾਂਗੇ। ਹੋ ਸਕਦਾ ਇਹਦੇ ਵਿੱਚ ਅਸੀਂ ਜੇਕਰ ਕੋਈ ਲੇਟੈਸਟ CM ਸਾਹਿਬ ਵੱਲੋਂ, DGP ਸਾਹਿਬ ਵੱਲੋਂ ਇੰਸਟਰਕਸ਼ਨ ਆਉਂਦੀਆਂ ਮੰਡੀ ਦੇ ਬਾਰੇ ਜਾਂ ਸਬਜ਼ੀ ਮੰਡੀ ਬਾਰੇ ਜਾਂ ਸ਼ੋਪਾਂ ਬਾਰੇ, ਦੁਕਾਨਾਂ ਬਾਰੇ, ਮੈਡੀਕਲ ਸਟੋਰਾਂ ਬਾਰੇ, ਅਤੇ ਉਹਦੇ ਵਿੱਚ ਵੀ ਅਸੀਂ ਇਹਨਾਂ ਨੂੰ ਇਹਦੇ ਵਿੱਚ ਦਿਖਾਵਾਂਗੇ, ਤਾਂ ਜੋ ਸਾਡਾ ਇੱਕ ਜ਼ਰੀਆ ਬਣ ਗਿਆ ਪਬਲਿਕ ਤੱਕ ਗੱਲ ਪਹੁੰਚਾਉਣ ਦਾ। ਮੀਡੀਆ ਦਾ ਤਾਂ ਬਹੁਤ ਜ਼ਿਆਦਾ ਰੋਲ ਹੈ, ਕਿਉਂਕਿ ਤੁਸੀਂ ਤਾਂ ਘਰ ਘਰ 'ਚ ਪਹੁੰਚਾਉਂਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਬਟਾਲੇ ਦੀਆਂ ਗਲੀਆਂ ਦੇ ਵਿੱਚ ਘੁੰਮਾ ਕੇ ਇਹ ਸਾਰੀ ਇੰਸਟਰਕਸ਼ਨਾਂ ਲੋਕਾਂ ਤੱਕ ਪਹੁੰਚਾਈਏ, ਤਾਂ ਜੋ ਇਸ 'ਚ ਅਸੀਂ ਚੇਨ ਤੋੜਨ 'ਚ ਸਫਲ ਹੋਈਏ, ਇਹ ਸਾਡਾ ਇੱਕ ਮਕਸਦ ਹੈ। ਜਦੋਂ 20 ਦਿਨ ਦਾ ਲੋਕਡਾਊਨ ਸੀਗਾ ਉਦੋਂ ਹੁਕਮ ਹੋਇਆ ਸੀ ਵੀ ਗਾਣਾ, ਉਦੋਂ ਗਾਣਾ ਵੀ ਆਪੋ ਆਪਣੇ ਘਰ ਬੈਠੋ, ਤੁਸੀਂ ਗੱਲ ਮੰਨ ਲਓ ਸਰਕਾਰਾਂ ਦੀ, ਉਸ ਤੋਂ ਬਾਅਦ ਉਹਦਾ ਕਾਫੀ ਅਸਰ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਹੁਣ ਇਹ ਜਦੋਂ 30 ਦਿਨ ਦਾ ਲੋਕਡਾਊਨ ਹੋ ਗਿਆ, ਇਸ ਕਰਕੇ ਉਹਨਾਂ ਅਫਸਰਾਂ ਨੇ ਕਿਹਾ ਵੀ ਇਹਦਾ ਜ਼ਿਆਦਾ ਅਸਰ ਹੁੰਦਾ ਵਾ, ਅਤੇ ਅਸੀਂ LED ਗਾਣਾ ਨਵਾਂ ਤਿਆਰ ਕਰਕੇ ਅਤੇ ਇਹ LED ਦਾ ਇੰਤਜ਼ਾਮ ਕਰਕੇ ਵੀ ਰਾਤ ਗਲੀਆਂ ਬਾਜ਼ਾਰਾਂ 'ਚ ਲੋਕਾਂ ਨੂੰ ਦਿਖਾਈਏ ਅਤੇ ਜ਼ਿਆਦਾ ਅਸਰ ਹੋਊਗਾ। ਅਤੇ ਕਾਫੀ ਅਸਰ ਆ ਬਾਬੇ ਦੀ ਕਿਰਪਾ ਕਿ ਆਪਣੇ ਬਟਾਲੇ ਜ਼ਿਲ੍ਹੇ 'ਚ ਕੋਈ ਇਹੋ ਜਿਹਾ ਕੇਸ ਨਹੀਂ ਆਇਆ ਅਤੇ ਨਾ ਹੀ ਆਉਣਾ ਵਾ, ਅਤੇ ਲੋਕ ਕਾਫੀ ਇਹ ਤੋਂ